ਫਿਲਮ ਅਸੀਂ ਦੇਖਣ ਜਾ ਰਹੇ ਹਾਂ ਜੀ ਤੀਸ। ਸੋ ਤੀਸ ਤੋਂ ਬਾਅਦ ਫਿਰ ਆਪਾਂ ਜਾਰੀ ਰੱਖਾਂਗੇ। ਹਾਂਜੀ, ਫਿਲਮ ਕਲਾ ਪੱਖੋਂ ਬੜੀ ਵਧੀਆ ਲੱਗੀ। ਜਿਹੜੇ ਪਾਤਰ ਸੀ ਬਹੁਤ ਹੀ ਨੈਚੁਰਲ, ਵਾਤਾਵਰਨ, ਜਿਹੜਾ ਦ੍ਰਿਸ਼ ਚਿੱਤਰਣ ਹਰ ਪੱਖੋਂ ਬੜਾ ਵਧੀਆ ਲੱਗਿਆ। ਸਭ ਤੋਂ ਇੰਪੋਰਟੈਂਟ ਗੱਲ, ਜਿਹੜੀ ਵਿਸ਼ਾ ਸੀ ਇਹਦਾ, ਉਹ ਛੋਟੀ ਕਿਸਾਨੀ ਦਾ ਦੁਖਾਂਤ, ਅਤੇ ਉਹਦੇ ਵਿੱਚ ਕਈ ਸਬ ਵਿਸ਼ੇ ਜਿਹੜੇ ਬਣੇ ਉਹ ਵੀ ਇੰਨੇ ਖੂਬਸੂਰਤ ਅਤੇ ਇੰਪੋਰਟੈਂਟ, ਜਿਹੜੇ ਸਾਡੇ ਸਮਾਜ ਦੇ ਵਿੱਚ ਲੋੜੀਂਦੇ ਨੇ। ਮੈਨੂੰ ਲੱਗਿਆ ਵੀ ਫਿਲਮ ਬਹੁਤ ਹੀ ਵਧੀਆ ਸੀ। ਜਿਵੇਂ ਕਿਸਾਨੀ ਦੀ ਸਮੱਸਿਆ ਦੇ ਵਿੱਚ, ਪਹਿਲੀ ਗੱਲ ਤਾਂ ਇਹ ਵੀ ਕਰਜ਼ੇ ਦੀ ਸਮੱਸਿਆ ਕਿਸਾਨ ਦੀ, ਜਿਹਦੇ ਕਰਕੇ ਉਹ ਬੇਵੱਸ ਮਹਿਸੂਸ ਕਰ ਰਿਹਾ, ਅਤੇ ਜਿਹੜੇ ਕੁੜੀ ਮੁੰਡੇ ਦਾ ਫਰਕ ਸੋਸਾਇਟੀ 'ਚ ਰੱਖਿਆ ਜਾ ਰਿਹਾ, ਜਿਹੜਾ ਸਵੇਰੇ ਹੀ ਅਸੀਂ ਵਿਸ਼ਾ ਕਰਕੇ ਹਟਿਆ ਸੈਮੀਨਾਰ, ਵੀ ਉਹਨਾਂ ਨੂੰ ਲੱਗਦਾ ਕੁੜੀ ਨੂੰ ਪੜ੍ਹਾਉਣ ਦੀ ਲੋੜ ਨਹੀਂ, ਇਹਨੇ ਦੂਜੇ ਘਰ ਚਲੀ ਜਾਣਾ, ਮੁੰਡੇ ਨੂੰ ਪੜ੍ਹਾਉਣਾ ਚਾਹੀਦਾ, ਸਾਡਾ ਸਾਰੀ ਉਮਰ ਦੀ ਜਿਹੜੀ ਪ੍ਰੋਪਰਟੀ ਬਣਦੀ ਆ ਮੁੰਡੇ ਨੂੰ ਪੜ੍ਹਾ ਕੇ, ਪਰ ਜਿਹੜੀ ਕੁੜੀ ਆ ਉਹ ਹੀਰ 'ਚ ਕੰਮ ਆਉਂਦੀ ਆ। ਫਿਰ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਚੱਲ ਰਹੀ ਨਸ਼ੇ ਦੀ ਸਮੱਸਿਆ, ਉਹਨੇ ਜਿਹੜਾ ਕਿੰਨੇ ਦੇ ਘਰ ਆ ਪੰਜਾਬ ਦੇ ਖਾਲੀ ਕਰਕੇ ਧਰਤੇ ਆ, ਅਤੇ ਉਹ ਸਮੱਸਿਆ ਵੀ ਦਰਸਾਈ ਹੋਈ ਇਹਦੇ 'ਚ। ਅਤੇ ਫਿਰ ਜਿਹੜੀ ਦਾਜ ਦੀ ਸਮੱਸਿਆ, ਸਮੱਸਿਆਵਾਂ ਜਿਹੜੀਆਂ ਮੇਨ ਸਾਰੀਆਂ ਲੈ ਲਈਆਂ, ਦਾਜ ਦੀ ਸਮੱਸਿਆ ਕਿਵੇਂ ਉਹ ਫਟਾਫਟ ਗਿਣਤੀ ਕਰ ਰਿਹਾ, ਉਹ ਇਹ ਨਹੀਂ ਵੀ ਇਕੱਲਾ ਫਿਲਮ 'ਚ ਦਿਖਾਇਆ, ਇਹ ਅਸਲ ਦੇ ਵਿੱਚ ਸੁਸਾਇਟੀ ਦੀ ਹਕੀਕਤ ਹੈ। ਉਹਦੇ 'ਚ ਅਗਲਾ ਚਾਹੇ ਕੋਈ ਮਲਮੀ ਜੀਵ ਨਾਲ ਸੋਫਟ ਢੰਗ ਨਾਲ ਕਹਿ ਦੇਵੇ ਜਿਹੜੀਆਂ ਚੀਜ਼ਾਂ ਲੈਣੀਆਂ ਵਸਤਾਂ, ਅਤੇ ਜੇ ਹੁਣ ਉਸ ਇਨਸਾਨ ਦੀ ਇਹ ਬੇਬਸੀ ਆ, ਉਹ ਕਿੰਨਾ ਉਹਦੀ ਮਾਨਸਿਕ ਅਵਸਥਾ ਇੰਨੀ ਸੋਹਣੇ ਢੰਗ ਦੇ ਨਾਲ ਦਰਸਾਈ, ਜਿਵੇਂ ਉਹਦਾ ਅੰਦਰਲਾ ਕੀ ਫੀਲ ਕਰਦਾ, ਅਤੇ ਉਹ ਕਿਵੇਂ ਕਦੇ ਅੱਖਾਂ 'ਚ ਪਾਣੀ, ਉਹਦੇ ਚਿਹਰੇ ਦੇ ਹਾਵ ਭਾਵ, ਉਹਦਾ ਫੇਸ ਐਕਸਪ੍ਰੈਸ਼ਨ, ਸਾਨੂੰ ਚੁੱਪ ਚਾਪ ਜਦੋਂ ਕੋਈ ਡਾਇਲੋਗ ਨਹੀਂ ਵੀ ਬੋਲਦਾ ਤਾਂ ਵੀ ਕਹਾਣੀ ਬਿਆਨ ਕਰ ਰਿਹਾ ਹੁੰਦਾ। ਪਰ ਸਭ ਤੋਂ ਜਿਹੜੀ ਖੂਬਸੂਰਤ ਗੱਲ ਲੱਗੀ, ਬਈ ਉਹ ਮਰਦਾ ਮਰਦਾ ਸਾਰੇ ਜਿਹੜੇ ਖਾਤਮਾ ਹੁੰਦਾ ਹੁੰਦਾ, ਇੱਕ ਬੰਦਾ ਸੰਘਰਸ਼ ਕਰ ਜਾਂਦਾ ਆਪਣੇ ਮਨ ਨੂੰ ਪੋਜ਼ਿਟਿਵ ਢੰਗ ਦੇ ਨਾਲ, ਜਿਹੜੀ ਕਹਾਣੀ ਮੋੜ ਕਰਦੀ ਆ, ਉਹ ਆ ਕੇ ਇੱਕ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਆ। ਮੈਨੂੰ ਲੱਗਦਾ ਕਿੰਨੀਆਂ ਆਤਮ ਹੱਤਿਆਵਾਂ ਹੋ ਰਹੀਆਂ ਕਿਸਾਨੀ ਦੇ ਵਿੱਚ, ਅਤੇ ਜੇਕਰ ਇਸੇ ਤਰ੍ਹਾਂ ਦੀਆਂ ਫਿਲਮਾਂ ਦਿਖਾਈਆਂ ਜਾਣ, ਕਈ ਮਾਨਸਿਕ ਤੌਰ 'ਤੇ ਕਮਜ਼ੋਰ ਬੰਦੇ ਤਕੜੇ ਹੋ ਕੇ ਇੱਕ ਵਾਰੀ ਫੈਸਲਾ ਜਿਹੜਾ ਹੈ, ਕਮਜ਼ੋਰ ਮਨ ਮਰਨ ਦਾ ਵੀ ਲੈ ਲੈਂਦਾ, ਜਿਉਣ ਦਾ ਵੀ ਲੈ ਜਾਂਦਾ। ਜਦੋਂ ਉਹਨੇ ਕਿਹਾ ਵੀ ਤੇਰਾ 20 ਕਿੱਲਿਆਂ ਵਾਲਾ ਮੁੰਡਾ ਮੇਰੀ ਬੀਟੈਕ ਕੁੜੀ ਦੇ ਫਿੱਟ ਨਹੀਂ ਹੈਗਾ ਜਵਾਬ ਦਿੰਦਾ, ਤਾਂ ਇੱਕ ਉਹ ਚੈਲੰਜ ਹੈ ਸਰਮਾਏਦਾਰੀ ਸਮਾਜ ਨੂੰ। ਅਤੇ ਇਸ ਕਰਕੇ ਫਿਲਮ ਬਹੁਤ ਹੀ ਪੋਜ਼ਿਟਿਵ ਆ, ਇਹੋ ਜਿਹੀਆਂ ਦਿਖਾਈਆਂ ਜਾਣਗੀਆਂ। ਕਈ ਕਿਸਾਨ ਜਿਹੜਾ ਨੈਗੇਟਿਵ ਜਾਂਦੇ ਜਾਂਦੇ ਪੋਜ਼ਿਟਿਵ ਹੋਣਗੇ। ਸੋ ਇਹ ਫਿਲਮ ਜੋ ਵੀ ਬਣੀ ਆ, ਇਹ ਸਾਰੇ ਇਹਦੇ ਬਣਾਉਣ ਵਾਲੇ ਜਿੰਨੇ ਵੀ ਇਹਦੇ ਵਿੱਚ ਕਲਾਕਾਰ ਨੇ, ਸਾਰੇ ਵਧਾਈ ਦੇ ਹੱਕਦਾਰ ਨੇ। ਥੈਂਕ ਯੂ। ਇੱਕ ਸਾਡੀ ਲੜਾਈ ਦੁਨੀਆ ਨਾਲ ਅਸੀਂ ਲੜਦੇ ਹਾਂ ਸਰਵਾਈਵ ਕਰਨ ਲਈ, ਅਤੇ ਇੱਕ ਲੜਾਈ ਸਾਡੀ ਆਪਣੇ ਅੰਦਰ ਚੱਲ ਰਹੀ ਹੁੰਦੀ ਹੈ। ਇਸ ਫਿਲਮ ਨੇ ਸਾਨੂੰ ਉਹ ਦਿਖਾਇਆ ਕਿ ਕੋਈ ਵੀ ਮੁਸੀਬਤ ਜਦੋਂ ਸਾਡੇ 'ਤੇ ਆਉਂਦੀ ਹੈ ਅਤੇ ਸਾਡੇ ਅੰਦਰ ਕਿਹੜੇ ਕਿੱਦਾਂ ਦੇ ਫੀਲਿੰਗਸ ਸਾਡੇ ਅੰਦਰ ਆਉਂਦੀਆਂ। ਪਹਿਲਾਂ ਉਹਦਾ ਐਕਸਪ੍ਰੈਸ਼ਨ ਸੀਗਾ ਮਾਯੂਸੀ ਦਾ, ਫਿਰ ਉਹ ਗੁੱਸੇ 'ਚ ਤਬਦੀਲ ਹੋਇਆ, ਔਰ ਗੁੱਸੇ ਤੋਂ ਬਾਅਦ ਫਿਰ ਉਹ ਇੱਕ
ਬੇਬਸੀ 'ਚ ਮੈਂ ਤਬਦੀਲ ਹੋਇਆ। ਮਗਰ ਮੈਂ ਇਹ ਕਹਿਣਾ ਚਾਹਾਂਗੀ ਕਿ ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਐਸਾ ਪੜਾਵ ਜ਼ਰੂਰ ਆਉਂਦਾ ਜਦੋਂ ਉਹ ਬਿਲਕੁਲ ਨਿਰਾਸ਼ ਹੋ ਜਾਂਦਾ ਜ਼ਿੰਦਗੀ ਤੋਂ। ਇਹ ਸਿਰਫ ਕਿਸਾਨ ਦੀ ਜ਼ਿੰਦਗੀ ਦਾ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਮਗਰ ਉਸ ਸਮੇਂ ਕਿਸੇ ਦਾ ਕਿਹਾ ਹੋਇਆ ਇੱਕ ਵੀ ਹੌਸਲੇ ਦਾ ਬੋਲ ਉਸ ਕਿਤੇ ਨਾ ਕਿਤੇ ਸਾਡੇ ਅੰਦਰ ਇੱਕ ਬੀਜ ਛੱਡ ਜਾਂਦਾ। ਅਸੀਂ ਤੁਰ ਤੇ ਪੈਂਦੇ ਹਾਂ ਮਗਰ ਉਹ ਬਿਲਕੁਲ ਰਾਈਟ ਟਾਈਮ 'ਤੇ ਆ ਕੇ ਤੁਹਾਨੂੰ ਕਈ ਵਾਰੀ ਬਚਾ ਜਾਂਦਾ। ਸੋ ਮੈਂ ਜੋ ਇਸ ਮੂਵੀ 'ਚੋਂ ਸਿੱਖਿਆ ਕਿ ਤੁਹਾਨੂੰ ਨਹੀਂ ਪਤਾ ਕਿਸੇ ਦੀ ਜ਼ਿੰਦਗੀ ਉਹ ਕਿਹੜੇ ਪੜਾਵ 'ਤੇ ਹੈ, ਉਹ ਕਿਹੜੀ ਜਦੋਂ ਜਹਿਰ ਤੋਂ ਨਿਕਲ ਰਿਹਾ। ਤੁਹਾਨੂੰ ਕਦੇ ਵੀ ਕੋਈ ਇੱਦਾਂ ਲੱਗੇ ਜਿਹਨੂੰ ਵੀ ਤੁਸੀਂ ਮਿਲੋ ਜਾਂ ਵਿਚਰੋ ਜਿਹਦੇ ਨਾਲ, ਹਮੇਸ਼ਾ ਤੁਹਾਡੀ ਇੱਕ ਪੋਜ਼ਿਟਿਵ ਟੋਨ ਹੋਵੇ, ਇੱਕ ਹੌਸਲੇ ਵਾਲੀ ਟੋਨ ਹੋਵੇ। ਚਾਹੇ ਤੁਸੀਂ ਉਹਦੇ ਲਈ ਕੁਛ ਜ਼ਿਆਦਾ ਕਰ ਨਾ ਸਕੋ, ਮਗਰ ਤੁਹਾਡੀ ਜ਼ੁਬਾਨ ਹੈ ਉਹ ਹਮੇਸ਼ਾ ਇੱਕ ਪੋਜ਼ਿਟਿਵ ਟੋਨ ਵਿੱਚ ਅਤੇ ਇੱਕ ਹੌਸਲੇ ਵਾਲੀ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ, ਸੋਚ ਹੋਣੀ ਚਾਹੀਦੀ ਹੈ। ਯੂ ਨੈਵਰ ਨੋ ਕਿ ਉਹ ਕਦੋਂ ਜਾ ਕੇ ਤੁਹਾਨੂੰ ਬਚਾ ਜਾਂਦੀ ਹੈ, ਉਸ ਬੰਦੇ ਨੂੰ ਕਦੋਂ ਉਸ ਦੀ ਜ਼ਰੂਰਤ ਪੈ ਸਕਦੀ ਹੈ। ਸੋ ਇਸ ਲਈ ਇਸ ਮੂਵੀ ਦੀ ਮੈਂ ਬਹੁਤ ਜ਼ਿਆਦਾ, ਜਿਨ੍ਹਾਂ ਨੇ ਬਣਾਈ ਹੈ, ਬਹੁਤ ਸ਼ੁਕਰਗੁਜ਼ਾਰ ਹਾਂ। ਦੂਜਾ ਮੈਂ ਪੰਜਾਬ ਦੇ ਪਾਣੀ ਨੂੰ ਸਲਾਮ ਕਰਨਾ ਚਾਹੁੰਦੀ ਹਾਂ। ਉੱਥੋਂ ਇੰਨਾ ਟੈਲੈਂਟ ਨਿਕਲ ਕੇ ਆਉਂਦਾ, ਇੰਨਾ ਟੈਲੈਂਟ ਉੱਥੇ ਹੈਗਾ ਕਿ ਉਹਦੀ ਕੋਈ ਹੱਦ ਹੀ ਨਹੀਂ ਹੈ। ਸੋ ਇਹਦੇ ਡਾਇਰੈਕਟਰ ਔਰ ਇਹਦੇ ਐਕਟਰਸ ਜਿੰਨੇ ਵੀ ਨੇ, ਉਹਨਾਂ ਲਈ ਮੈਂ ਇੱਕ ਵਾਰੀ ਚਾਹੁੰਦੀ ਹਾਂ ਕਿ ਸਾਰੇ ਫਿਰ ਤਾੜੀਆਂ ਮਾਰੀਏ, ਬਿਕੋਜ਼ ਇਸ ਮੂਵੀ ਦਾ ਕੋਈ ਇਹਨੂੰ ਜ਼ਬਾਨਾਂ ਵਿੱਚ ਨਹੀਂ ਦੱਸ ਸਕਦੇ ਕਿ ਕਿੰਨੀ ਵਧੀਆ। ਥੈਂਕ ਯੂ। ਜਿਸ ਐਜ ਏ ਮੇਕਿੰਗ ਦੇ ਤੌਰ 'ਤੇ ਮੈਂ ਗੱਲ ਕਰਦਾ, ਸੋ ਮੈਂ ਇਸ ਟੋਪਿਕ 'ਤੇ ਕਾਫੀ ਫਿਲਮਾਂ ਮਤਲਬ ਕਿ ਵੇਖੀਆਂ, ਸ਼ਾਰਟ ਫਿਲਮਾਂ, ਪਰ ਇਹਦਾ ਜਿਹੜਾ ਸਕਰੀਨ ਪਲੇ ਹੈ ਔਰ ਜਿਹੜਾ ਡਾਇਰੈਕਟਰ ਨੇ ਉਹਨੂੰ ਜਿੱਦਾਂ ਉਹਨੂੰ ਦਿਖਾਇਆ ਮਨ, ਉਹੀ ਇਹਦੇ 'ਚ ਮੇਨ ਜ਼ਰੂਰੀ ਹੈ। ਕਿਉਂਕਿ ਫਿਲਮ ਦੇ ਵਿੱਚ ਇੱਕ ਸਬਜੈਕਟ ਹੁੰਦਾ, ਉਹਦੇ 'ਤੇ ਕਿਵੇਂ ਮੇਕਿੰਗ ਹੋਣੀ, ਸੋ ਇਹੀ ਇਹੀ ਖੂਬੀ ਹੈ। ਸੋ ਬਾਕੀ ਸਬਜੈਕਟ ਨੂੰ ਕਿਵੇਂ ਕਿਸਾਨ ਦਾ ਕੀ ਹੈ, ਇਹ ਤਾਂ ਫਿਲਮ ਨੇ ਆਪਣੇ ਆਪ ਹੀ ਦੱਸ ਦੇਣਾ। ਸੋ ਮੈਂ ਇਹਦਾ ਜਿਹੜਾ ਸਕਰੀਨ ਪਲੇ ਜੀ ਨੇ ਲਿਖਿਆ, ਜਿਹੜਾ ਡਾਇਰੈਕਟਰ ਹੈ, ਉਸ ਸਲੂਟ। ਥੈਂਕ ਯੂ। ਥੋੜ੍ਹਾ ਜਿਹਾ ਮੈਂ ਵੀ ਜਿਸ ਬਾਤਾਂ ਨਾਲ ਭਰ ਗਿਆ, ਅੰਦਰੋਂ ਚੀਜ਼ਾਂ ਬਾਹਰ ਆ ਰਹੀਆਂ ਸੀ। ਇੱਕ ਨਿਊਜ਼ ਪੇਪਰ ਹੈਗਾ ਚੰਡੀਗੜ੍ਹ ਦੇ ਵਿੱਚ, ਡੇਲੀ ਪੋਸਟ। ਸੋ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ, ਜਿੱਦਾਂ ਚੰਗ ਅਖਬਾਰ ਆ, ਡਾਨ ਨਿਊਜ਼ ਪੇਪਰ ਆ, ਉਹ ਵੀ ਸ਼ੁਰੂ ਕੀਤੇ ਹੋਏ ਨੇ ਡਾਕੂਮੈਂਟਰੀਜ਼, ਸ਼ਾਰਟ ਫਿਲਮਸ। ਇਹਨਾਂ ਦੇ ਜਿਹੜੇ ਡਾਇਰੈਕਟਰ ਨੇ, ਰਾਈਟਰ ਨੇ ਸੁਲੇਮਾਨ ਭੱਟ, ਪਿਛਲੇ 15-20 ਸਾਲਾਂ ਤੋਂ ਥੀਏਟਰ ਨਾਲ ਜੁੜੇ ਹੋਏ ਨੇ। ਭਾਈ ਮੰਨਾ ਸਿੰਘ ਨਾਲ ਥੀਏਟਰ ਕੀਤਾ ਉਹਨਾਂ ਨੇ। ਸੋ ਇੱਕ ਵੱਖਰਾ ਕਟਾਸ ਜਿਹੜਾ ਸੀ, ਬਿਨਾਂ ਡਾਇਲੋਗ ਤੋਂ ਇੱਕ ਜੈਸਚਰ, ਇੱਕ ਉਸ ਵਿਧੀ ਦੇ ਨਾਲ ਕਰਨਾ ਜਿਹਦੇ ਨਾਲ ਹਾਵ ਭਾਵ ਅਤੇ ਗੱਲ ਸਿੱਧੀ ਤਰੀਕੇ ਨਾਲ ਹੋ ਜਾਵੇ। ਮੋਸਟਲੀ ਜਿਹੜੇ ਡਾਇਲੋਗ ਨੇ, ਸਿੰਬੋਲਿਜ਼ਮ ਯੂਜ਼ ਕੀਤਾ ਗਿਆ, ਪਰ ਜੋ ਅਥਕਥਨੀ ਆ ਪੰਜਾਬ ਦੀ, ਲੋਕਾਂ ਦੀ, ਦਿਖਾਵੇ ਦੀ, ਸਾਡੇ ਸਮਾਜ ਦੀ, ਉਸਨੂੰ ਸਰੇਆਮ ਪੇਸ਼ ਕੀਤਾ। ਕਿਉਂਕਿ ਜਿੰਨੀਆਂ ਵੀ ਫਿਲਮਾਂ ਨੇ ਸਾਡੇ ਕੋਲ, ਤਕਰੀਬਨ 24-25 ਫਿਲਮਾਂ ਆਈਆਂ ਸੀ, ਘੱਟਦੀਆਂ ਗਈਆਂ, ਫਿਰ 17 ਦੀ ਚੋਣ ਹੋਈ, ਹਰ ਫਿਲਮ ਦੂਜੀ ਤੋਂ ਵੱਧ ਕੇ ਸੀ। ਪਰ ਇਹ ਸੀ ਵੀ ਇੰਟਰਟੇਨਮੈਂਟ ਦੇ ਨਾਲ ਅਸੀਂ ਸਾਡੇ ਮਨਾਂ ਦੀ ਕਿਤੇ ਨਾ ਕਿਤੇ ਤ੍ਰਿਪਤੀ ਕਰਦੀ ਹੋਵੇ, ਜਿਹਨੂੰ ਦੇਖ ਕੇ ਸਾਨੂੰ ਸੱਚਮੁੱਚ ਸੱਟ ਵੀ ਲੱਗੇ ਔਰ ਮੈਸੇਜ ਵੀ ਮਿਲੇ, ਹੈ ਨਾ। ਬਹੁਤ ਸਾਰੀਆਂ ਫਿਲਮਾਂ ਇੱਦਾਂ ਦੀ ਜਿਹੜੀ ਨੈਗਟਿਵ ਸੀ, ਬਹੁਤ ਇੱਦਾਂ ਦੀ,
ਕਿਉਂਕਿ ਹਰ ਡਾਇਰੈਕਟਰ ਦੀ ਆਪਣੀ ਸੋਚ ਹੁੰਦੀ ਹੈ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਗਲਤ ਹੈ ਸਹੀ ਆ, ਉਸਨੇ ਆਪਣੇ ਤਰੀਕੇ ਨਾਲ ਪੇਸ਼ ਕਰਨਾ। ਲੇਕਿਨ ਫਿਰ ਵੀ ਬਹੁਤ ਹੀ ਆਲਾ ਅਤੇ ਪਾਏਦਾਰ ਕੀ ਸੋਚ ਹੋ ਸਕਦੀ ਹੈਗੀ ਆ, ਜਿਹੜੀ ਸਾਡੀ ਜਿਹੜੀ ਸੱਤ ਸਮੁੰਦਰੋਂ ਬਾਹਰ ਬੈਠੇ ਹਾਂ, ਸਾਨੂੰ ਜਿਹੜੀ ਇੱਕ ਟਾਸਕ ਕਰਦੇ ਸਾਨੂੰ ਹਿਲਾ ਦੇਵੇ, ਉਹਨਾਂ ਦੇ ਵਿੱਚੋਂ ਇੱਕ ਫਿਲਮ ਹੈਗੀ ਆ ਟੀਸ। ਸੋ ਮੈਂ ਮੁਬਾਰਕਬਾਦ ਦਿੰਦਾ ਹੈਗਾ ਸੁਲੇਮਾਨ ਭੱਟ ਉਹਨਾਂ ਨੂੰ, ਉਹਨਾਂ ਦੀ ਸਾਰੀ ਟੀਮ ਨੂੰ। ਥੈਂਕ ਯੂ। Hello everyone, main Punjabi te English bolungi mix mix. I'm so happy to see a film that has such a like bringing awareness in such a positive manner. Jadon main suicide wali films dekhti haan, they always show in the end that the person gives up, and it's so important because in the end you can feel you're alone, right? But in the end it's just in your mind, you just have to change your mindset. And it's such a positive way to look at this, like how we change like that. Kadhe lagda, oh, I can go to my parents, I can go to... Sometimes you're alone and you have to be strong for yourself. I think it's really important that they're bringing this in a positive manner. I really like the way they shot it. Kadhe over the shoulders, hana, but itthe unna da muh nahi dikhaya. They only showed his face throughout the whole film. And I thought it was beautiful because you got to see his transformation. So yeah, I think it was a beautiful film. Thank you. ਹਾਂਜੀ, ਟਾਈਮ ਦਾ ਥੋੜ੍ਹਾ ਧਿਆਨ ਰੱਖ ਕੇ ਹਾਂਜੀ, ਮੈਂ ਇਹ ਸੋਚਦੀ ਹਾਂ ਕਿ ਇਹ ਜਿਹੜਾ ਫਿਲਮ ਫੈਸਟੀਵਲ ਹੈਗਾ, ਇੱਥੇ ਤਾਂ ਆਪਾਂ ਲੈ ਕੇ ਆਏ ਹਾਂ, ਜਿਨ੍ਹਾਂ ਤੋਂ ਮੈਂ ਨਾ ਬੱਚਿਆਂ ਤੇ ਹੈਰਾਨ ਹੈ, ਬੱਚੀਆਂ ਵੀ ਸਿੱਖ ਰਹੀਆਂ, ਅਸੀਂ ਤਾਂ ਫਿਰ ਇਹਨਾਂ ਗੱਲਾਂ ਥਰੂ ਗਏ ਹੋਏ ਹਾਂ। ਮੈਂ ਇਹ ਸੋਚਦੀ ਹਾਂ ਕਿ ਜੇ ਇਹ ਫਿਲਮ ਫੈਸਟੀਵਲ ਜਿਵੇਂ ਅੱਗੇ ਬਹੁਤ ਦੇਰ ਮੰਨੇ ਭਾਜੀ ਵਾਲੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਜਾ ਕੇ ਇੱਕ ਮਿਊਨਿਸਪਾਲਿਟੀ ਛੋਟੀ ਛੋਟੀਆਂ ਮੂਵੀਆਂ ਦਿਖਾਉਂਦੀਆਂ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਜੇ ਇਹ ਮੂਵੀਆਂ ਇਹ ਫਿਲਮ ਫੈਸਟੀਵਲ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਕੀਤੇ ਜਾਣ, ਜਿੱਥੇ ਕਿ ਹੁਣ ਇਹ ਕਿਸਾਨ ਆ, ਇਹਦਾ ਜਿਹੜਾ ਦੁਖਾਂਤ ਹੁੰਦਾ ਹੁੰਦਾ ਸੁਖਾਂਤ ਦੇ ਵਿੱਚ ਬਦਲ ਗਿਆ। ਜਦੋਂ ਰੱਸਾ ਮੂਹਰੇ ਆਇਆ ਸੀ ਤੇ ਦਿਲ ਧੱਕ ਧੱਕ ਕਰ ਰਿਹਾ ਸੀ ਵੀ ਹੁਣ ਇਹਨੇ ਜਾਣਾ ਹੀ ਜਾਣਾ, ਪਰ ਉੱਥੋਂ ਕਹਾਣੀ ਨੇ ਕਿੰਨਾ ਮੋੜ ਕੱਟਿਆ। ਸੋ ਮੈਂ ਇਹ ਸੋਚਦੀ ਹਾਂ ਕਿ ਇਹਦਾ ਜਿਹੜਾ ਸਾਰਾਂਸ਼ ਹੈਗਾ, ਜੇ ਕਿਤੇ ਅਸੀਂ ਇਹੀ ਦੋ ਤਿੰਨ ਮੂਵੀ ਜਿਹੜੀਆਂ ਆਪਾਂ ਦੇਖ ਚੁੱਕੇ ਹਾਂ ਕਿਤੇ ਪਿੰਡਾਂ 'ਚ ਦਿਖਾਈਆਂ ਜਾਣ, ਮੈਨੂੰ ਲੱਗਦਾ ਕਿ ਜਿਹੜੇ ਕਿਸਾਨ ਸੁਸਾਈਡ ਕਰਦੇ ਆ, ਆਤਮ ਹੱਤਿਆ ਕਰਦੇ ਆ, ਉਹਨਾਂ 'ਚ ਘੱਟੋ ਘੱਟ ਜੇ ਬਾਹਲਾ ਨਹੀਂ ਤਾਂ 60-70% ਤੱਕ ਪੈ ਹੀ ਸਕਦਾ। ਬਾਕੀ ਸੁਲੇਮਾਨ ਭਾਅ ਜੀ ਹੁਣਾਂ ਨੂੰ ਮੇਰਾ ਸਲੂਟ ਆ, ਜਿਨ੍ਹਾਂ ਨੇ ਇੰਨਾ ਚੰਗਾ ਵਿਸ਼ਾ ਚੁਣਿਆ ਤੇ ਕਵਰ ਕਿਵੇਂ ਕੀਤਾ ਉਹਨਾਂ ਨੇ, ਇਟਸ ਰੀਲੀ ਸਮਥਿੰਗ। ਹਾਂਜੀ ਵਿਨੇ ਜੀ, ਪਲੀਜ਼ ਸਟੇਜ ਤੇ ਆ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਤੀਸ ਫਿਲਮ, ਸ਼ਾਰਟ ਫਿਲਮ ਤੇ ਸੁਲੇਮਾਨ ਭੱਟ ਵਾਕਈ ਵਧਾਈ ਦੇ ਪਾਤਰ ਨੇ। ਬਾਕੀਆਂ ਦਾ ਮੈਨੂੰ ਪਤਾ ਨਹੀਂ, ਪਰ ਪਿੱਛੇ ਬੈਠਾ ਮੈਂ ਸਾਹ ਰੋਕ ਕੇ ਬੈਠਾ ਸੀ ਜਦੋਂ ਖਾਸ ਤੌਰ 'ਤੇ ਉਹ ਲਾਸਟ ਸੀਨ ਆਇਆ ਨਾ ਜਿੱਥੇ ਉਹ ਫਾਂਸੀ ਦਾ ਫੰਦਾ ਦਿਖਾ ਦਿੱਤਾ, ਅਤੇ ਮਨ 'ਚ ਵਿਚਾਰ ਚੱਲ ਰਹੇ ਸੀ ਵੀ ਉਹੀ ਅੰਤ ਹੈ, ਪਰ ਜਦੋਂ ਇੱਕਦਮ ਮੂਵੀ ਦਾ ਅੰਤ ਹੈਪੀ ਮੈਂ ਹੁੰਦਾ ਆ ਔਰ ਉਹ ਚੇਂਜ ਹੁੰਦਾ, ਉੱਨੀ ਦੇਰ ਤੱਕ ਮੈਂ ਸਾਹ ਨਹੀਂ ਲਿਆ। ਸੋ ਮੇਰਾ ਖਿਆਲ ਸਾਰਿਆਂ ਦਾ ਸੀ। ਸੋ ਨਵਲ ਰੰਗੀ ਭਾਅ ਜੀ ਸਟੂਡੀਓ 7 ਅਤੇ ਮਾਂ ਬੋਲੀ ਫੈਸਟੀਵਲ ਜਿਹੜਾ ਆ, ਮੇਰਾ ਖਿਆਲ ਹੈ ਇੱਕੋ ਹੀ ਫਿਲਮ ਨੂੰ ਸਰੋਕਾਰ ਕਰ ਜਾਂਦੀ ਹੈ, ਮੈਂ ਤਾਂ ਇੱਕੋ ਹੀ ਦੇਖੀ ਹੈ ਅਤੇ ਪਿਛਲੀ ਫਿਲਮ ਸਾਖੀ ਥੋੜ੍ਹਾ ਜਿਹਾ ਪਾਰਟ ਦੇਖ ਸਕਿਆ,
ਇੱਦਾਂ ਦੀਆਂ ਅਨੇਕਾਂ ਫਿਲਮਾਂ, ਸਾਡੇ ਅਨੇਕਾਂ ਡਾਇਰੈਕਟਰ, ਸਾਡੇ ਅਨੇਕਾਂ ਰਾਈਟਰਸ ਜਿਹੜਾ ਇਹ ਕੰਮ ਕਰ ਰਿਹਾ, ਵਾਕਈ ਸ਼ਲਾਘਾਯੋਗ ਹੈ। ਜਿਹੜੀ ਵੀ ਟੀਮ ਸਾਰੀ ਇਹਦੀ ਸਪੋਰਟ ਕਰ ਰਹੀ ਹੈ, ਇਹਨੂੰ ਔਰਗੇਨਾਈਜ਼ ਕਰਦੀ ਹੈ, ਉਹਨੂੰ ਮੈਂ ਆਪਣੇ ਵੱਲੋਂ ਔਰ ਟਾਈਮਸ ਆਫ ਕੈਨੇਡਾ ਵੱਲੋਂ ਵਧਾਈ ਦੇਣੀ ਚਾਹੁੰਦਾ। ਭੈਣ ਜੀ ਬਹੁਤ ਅੱਛੀਆਂ ਗੱਲਾਂ ਕਰ ਗਏ ਨੇ ਪਹਿਲੇ ਜਿਹੜੇ ਆਏ ਸੀ ਫਿਲਮ ਬਾਰੇ। ਇਹ ਮੈਨੂੰ ਇਸ ਤਰ੍ਹਾਂ ਲੱਗਾ ਕਿ ਇਹ ਫਿਲਮ ਜਿਹੜੀ ਮਤਲਬ ਇੱਕ ਇੱਕ ਪਰਿਵਾਰ ਦੀ ਸਟੋਰੀ ਨਹੀਂ, ਹਿੰਦੁਸਤਾਨ ਦੇ ਹਰ ਪਰਿਵਾਰ ਦੀ ਤਕਰੀਬਨ ਇਹ ਸਟੋਰੀ ਹੈ। ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਸਾਰੇ ਵਿਸ਼ੇਸ਼ ਹੁੰਦੇ ਨੇ, ਮਜੋਰਟੀ ਲੋਕ ਅਸੀਂ ਪਿੰਡਾਂ 'ਚੋਂ ਆਏ ਔਰ ਪਿੰਡਾਂ ਦੇ ਵਿੱਚ ਹਰ ਪਰਿਵਾਰ ਦੀ ਇਹੀ ਸਮੱਸਿਆ ਹੈ। ਜਦੋਂ ਬੇਟੀ ਪੈਦਾ ਹੁੰਦੀ ਹੈ, ਕੁੜੀ ਪੈਦਾ ਹੁੰਦੀ ਹੈ, ਉਦੋਂ ਇਸ ਕਰਕੇ ਬਾਪ ਜਾਂ ਮਾਂ ਦੁਖੀ ਨਹੀਂ ਹੁੰਦੀ ਕਿ ਬੇਟੀ ਪੈਦਾ ਹੋ ਗਈ ਹੈ, ਉਹ ਇਸ ਕਰਕੇ ਦੁਖੀ ਹੁੰਦੀ ਹੈ ਕਿ ਜਿਹੜਾ ਸਾਡਾ ਸਮਾਜ ਹੈ, ਜਿਹੜੀ ਉਹਦੀ ਬਣਤਰ ਹੈ, ਉਹ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਦੀ ਸਮੱਸਿਆ ਜਿਹੜੀ ਇਹਦੇ ਵਿੱਚ ਦੱਸਣ, ਖਾਸ ਤੌਰ 'ਤੇ ਕੁੜੀਆਂ ਨੂੰ ਹਾਇਰ ਐਜੂਕੇਸ਼ਨ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਦਾਜ ਦੀ ਪ੍ਰਥਾ ਹੈ ਸਾਡੇ ਉੱਥੇ ਇੱਕ ਧੱਬਾ ਹਿੰਦੁਸਤਾਨ 'ਚ ਸਪੈਸ਼ਲੀ, ਉਹਦੇ ਨਾਲ ਨਾਲ ਜਿਹੜੀ ਬਰਾਬਰਤਾ ਨਾ ਬਰਾਬਰਤਾ, ਮੁੰਡੇ ਚਾਹੇ ਨਲਾਇਕ ਵੀ ਆ ਫਿਰ ਵੀ ਉਹ ਠੀਕ ਹੈ, ਉਹ ਮੁੰਡੇ ਹੀ ਆ, ਵਧੀਆ ਹੀ ਆ, ਕੁੜੀਆਂ ਜਿੰਨੀਆਂ ਮਰਜ਼ੀ ਹੁਸ਼ਿਆਰ ਹੈ ਫਿਰ ਵੀ ਉਹ ਕੁੜੀਆਂ ਹੀ ਆ, ਉਹ ਅੰਦਰ ਹੀ ਰਹਿਣ, ਉਹ ਆਪਣੀ ਆਵਾਜ਼ ਨਹੀਂ, ਉਹਨਾਂ ਦੀ ਕੋਈ ਸਲਾਹ ਨਹੀਂ ਲੈਣੀ, ਸਲਾਹ ਲੈ ਨਹੀਂ ਸਕਦੇ। ਫਿਰ ਅੰਤ ਦੇ ਵਿੱਚ ਜਿਹੜਾ ਸਾਡਾ ਉੱਥੇ ਸਿਸਟਮ ਹੈ, ਦੋ ਥੋੜ੍ਹਾ ਚੇਂਜ ਵੀ ਹੋ ਗਿਆ ਕਿ ਸਾਡੇ ਵਾਰਿਸ ਕੌਣ ਹੈ, ਸੋ ਸਾਰੇ ਨਸ਼ੇ ਦੀ ਲਾਹਨਤ, ਇਹ ਇੱਕ ਨਿੱਕੀ ਜਿਹੀ ਸਟੋਰੀ ਦੇ ਵਿੱਚ ਉਹ ਸਾਰਾ ਕੁਛ ਜਿਵੇਂ ਗਾਗਰੀ ਸਾਗਰ ਕਹਿੰਦੇ ਨਾ, ਉਹ ਜਿਹੀ ਭਰ ਦਿੱਤੀ ਗਈ। ਮੇਰਾ ਖਿਆਲ ਹੈ ਕਿ ਮੇਰੇ ਕੋਲ ਜਾਂ ਕਿਸੇ ਕੋਲ ਵੀ ਉਹ ਸ਼ਬਦ ਤਾਂ ਹੈ ਨਹੀਂ ਜਿਹੜੀ ਇਹਦੀ ਆਪਾਂ ਸ਼ਲਾਘਾ ਕਰ ਸਕਦੇ ਹਾਂ। ਤਾੜੀਆਂ ਨਾਲ ਹੀ ਆਪਾਂ ਧੰਨਵਾਦ ਵੀ ਕਰ ਸਕਦੇ ਹਾਂ। ਔਰ ਬਸ ਇੰਨੀ ਕਿ ਮੇਰੀ ਹਾਜ਼ਰੀ ਕਬੂਲ ਕਰੋ ਜੀ, ਔਰ ਸਾਰੀ ਟੀਮ ਜਿਹੜੀ ਕੋਸ਼ਿਸ਼ ਕਰਦੀ ਹੈ, ਇਸ ਕੋਸ਼ਿਸ਼ ਨੂੰ ਜਾਰੀ ਰੱਖੋ, ਔਰ ਸਾਡੇ ਵੱਲੋਂ ਜੋ ਵੀ ਤਿਲ ਫੁੱਲ ਅਸੀਂ ਸਹਾਇਤਾ ਸਹਿਯੋਗ ਦੇ ਸਕਦੇ ਹਾਂ, ਹਮੇਸ਼ਾ ਤਿਆਰ ਰਹਾਂਗੇ। ਬਹੁਤ ਅੱਛਾ ਕੰਮ ਕਰ ਰਹੇ ਜੀ, ਥੈਂਕ ਯੂ, ਥੈਂਕ ਯੂ। ਮੇਰੇ ਖਿਆਲ ਤੁਸੀਂ ਸਾਰੇ ਪਹਿਲੂ ਜਿਹੜੇ ਫਿਲਮ ਦੇ ਹੈਗੇ ਉਹ ਉਜਾਗਰ ਕਰ ਦਿੱਤੇ ਨੇ ਕਿ ਇੱਕ ਬੰਦਾ ਜਿਹਦੇ ਉੱਤੇ ਸਾਰੇ ਪਾਸਿਓਂ ਪ੍ਰੈਸ਼ਰ ਪੈ ਰਿਹਾ, ਪਰ ਉਹਨੂੰ ਅੰਤ ਵਿੱਚ ਉਮੀਦ ਦੀ ਕਿਰਨ ਉਹ ਲੱਭ ਲੈਂਦਾ ਹੈ। ਮੈਨੂੰ ਤਾਂ ਐਂਡ ਵਿੱਚ ਇਹੀ ਡਰ ਸੀਗਾ ਕਿ ਉਹ ਸੁਸਾਈਡ ਨਾ ਕਰ ਲੈਣ। ਕਿਸਾਨ ਦੇ ਸੁਸਾਈਡ ਦੇ ਮਸਲੇ 'ਤੇ ਪਿਛਲੇ 5 ਸਾਲਾਂ 'ਤੇ ਹਰ ਸਾਲ ਸਾਡੇ ਕੋਲ ਐਟਲੀਸਟ 2-3 ਫਿਲਮਾਂ ਜ਼ਰੂਰ ਆਉਂਦੀਆਂ ਨੇ। ਸੋ ਦਿਖਾਉਂਦਾ ਹੈ ਕਿ ਕਿੰਨਾ ਵੱਡਾ ਇਹ ਸਾਡੇ ਸਮਾਜ ਵਾਸਤੇ ਬਹੁਤ ਵੱਡਾ ਇਸ਼ੂ ਹੈ। ਮੈਂ ਨਵਲਪ੍ਰੀਤ ਨੂੰ ਵਧਾਈ ਦੇਣਾ ਚਾਹੁੰਦੀ ਇਹ ਫਿਲਮ ਦੇ ਚੋਣ ਲਈ। ਸਾਰੇ ਪੱਖਾਂ ਤੋਂ ਇਹ ਫਿਲਮ ਬਹੁਤ ਵਧੀਆ। ਭੈਣ ਜੀ ਨੇ ਸਾਰੇ ਪਹਿਲੂ ਟੱਚ ਕਰ ਦਿੱਤੇ ਨੇ ਤੇ ਆਸ ਦੀ ਕਿਰਨ ਅੱਜ ਸਵੇਰ ਦੇ ਸੈਮੀਨਾਰ ਦੇ ਵਿੱਚ ਅਸੀਂ ਇੱਕ ਕੁਐਸਚਨ ਉਠਾਇਆ ਸੀ ਕਿ ਅਸੀਂ ਕਹਿੰਦੇ ਨੇ ਸਾਡੇ ਪੋਤਿਆਂ ਨਾਲ ਅੱਗੇ ਸਾਡਾ ਗਾਂ ਚੱਲਦੀ ਹੈ, ਔਰਤ ਚੱਲਦੀ ਹੈ, ਦੋਤਿਆਂ ਨਾਲ ਕਿਉਂ ਨਹੀਂ? ਇੱਥੇ ਮੁੰਡਾ ਤੁਹਾਡਾ ਆਪਣਾ ਪੁੱਤਰ ਖਾਣਾ ਚੱਕ ਕੇ ਮਾਰ ਰਿਹਾ ਤੁਹਾਡੇ ਉੱਪਰ ਕਿ ਮੈਨੂੰ ਗੱਡੀ ਲੈ ਕੇ ਦਿਓ, ਚਾਹੇ ਉਹ ਨਸ਼ੇ ਵਿੱਚ। ਅਤੇ ਇੱਕ ਸੁਗੜਤੀ ਉਹ ਕਹਿੰਦੀ ਹੈ ਕਿ ਬਾਪੂ ਮੇਰਾ ਫਿਕਰ ਨਾ ਕਰ। ਇਹ ਇਨਸਾਨ ਦੇ ਅੰਦਰਲੇ ਦੀ ਕਦਰ ਕਰਨ ਦੀ ਗੱਲ ਹੈ। ਬਾਕੀ ਜਿਹੜੇ ਹੋਰ ਵਿਸ਼ੇ ਭੈਣ ਜੀ ਨੇ ਬਹੁਤ ਵਿਸਥਾਰ ਨਾਲ ਬਹੁਤ ਵਧੀਆ ਟੱਚ ਕੀਤੇ ਨੇ। ਸੋ ਸਾਰੇ ਵਿਸ਼ਿਆਂ ਨੇ ਸਾਰੀਆਂ ਸਮੱਸਿਆਵਾਂ ਦਾ ਐਂਡ ਜਦੋਂ ਇੱਕ ਇਸ ਫਿਲਮ ਦੀ ਵਿਲੱਖਣਤਾ ਇਹ ਸੀ ਕਿ ਇਹਦੇ ਵਿੱਚ ਕੋਈ ਮਿਰੇਕਲ ਨਹੀਂ ਹੋਇਆ, ਕੋਈ ਕੁਦਰਤੀ ਚੀਜ਼ ਨਹੀਂ ਹੋਈ ਕਿ ਇੱਧਰੋਂ ਬਿਜਲੀ ਛੜਕ ਗਈ, ਉੱਧਰੋਂ ਆਹ ਹੋ ਗਿਆ ਜੀ, ਉਹ ਸਾਰਾ ਕੁਛ ਠੀਕ ਹੋ ਗਿਆ। ਇੱਕ ਉਸ ਧੀ ਦੇ ਹੌਸਲੇ ਨੇ ਮੌਤ ਦਾ ਮੂੰਹ ਮੋੜਦਾ ਸਭ ਤੋਂ ਵੱਡੀ ਗੱਲ ਇਹ ਲੱਗੀ।